ਗੁਰੂ ਨੂੰ ਸਮਝ।
ਮੁੰਡਾ ਹਾਣ ਦਾ ਬਣਾਉਣਾ ਹੈ ਦਿਲਦਾਰ ਕੁੜੀ। ਸੋ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਜੀ ਸਰਦਾਰ ਹਰਚੰਦ ਸਿੰਘ ਗਿੱਲ ਕਾਕਾ ਜੀ ਦੇ ਮਾਨਯੋਗ ਤਾਇਆ ਜੀ, ਉਹਨਾਂ ਵੱਲੋਂ 500 ਰੁਪਏ ਭੇਜ ਕੇ ਮਾਣ ਕੀਤਾ ਗਿਆ, ਧੰਨਵਾਦੀ ਹਾਂ। ਔਰ ਸਰਦਾਰ ਕੇਵਲ ਸਿੰਘ ਜੀ ਗਿੱਲ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ। ਕਮਲਪ੍ਰੀਤ ਸਿੰਘ ਨਿਊਜ਼ੀਲੈਂਡ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਦਿਲਪ੍ਰੀਤ ਸਿੰਘ ਗਿੱਲ ਸੈਕਟਰੀ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਸਰਦਾਰ ਮਨਜਿੰਦਰ ਸਿੰਘ ਜੀ ਬਹੁਤ ਸਾਰਾ ਮਾਣ ਸਤਿਕਾਰ ਕਰਕੇ ਗਏ ਨੇ, ਧੰਨਵਾਦੀ ਹਾਂ ਸਾਰੇ ਸਤਿਕਾਰਯੋਗ ਦੋਸਤਾਂ ਦੇ। ਔਰ ਹੁਣ ਤੁਹਾਡੀਆਂ ਫਰਮਾਇਸ਼ਾਂ ਦਾ ਦੌਰ ਸ਼ੁਰੂ ਕਰਨ ਲੱਗੇ ਹਾਂ। ਤੁਹਾਡਾ ਕੋਈ ਵੀ ਸੌਂਗ ਹੈ ਜਿਹਦੀ ਤੁਸੀਂ ਫਰਮਾਇਸ਼ ਕਰਨਾ ਚਾਹੁੰਦੇ ਹੋ ਤਾਂ ਨੋਟ ਕਰਵਾ ਸਕਦੇ ਹੋ ਜੀ। ਕਹਿੰਦੇ ਉਸ ਘਰ ਚ ਕਦੇ ਨਾ ਪਵੇ ਵਰਕਤ, ਜਿੱਥੇ ਜੀਆਂ ਵਿੱਚ ਇਤਫਾਕ ਹੈ ਨੀ। ਉਸ ਘਰ ਚ ਕਦੇ ਨਾ ਪਵੇ ਵਰਕਤ, ਜਿੱਥੇ ਜੀਆਂ ਵਿੱਚ ਇਤਫਾਕ ਹੈ ਨੀ। ਮਾਂ ਬਾਪ ਕੀ ਗੱਲ ਕਰੇ ਹੌਸਲੇ ਦੀ, ਜਿਹਦੇ ਕਹਿਣੇ ਵਿੱਚ ਜਵਾਕ ਹੈ ਨੀ। ਮਿਲੇ ਘਰ ਦਾ ਘਿਓ ਤੇ ਦੁੱਧ ਲੱਸੀ, ਇਹਦੇ ਵਰਗੀ ਕੋਈ ਖੁਰਾਕ ਹੈ ਨੀ। ਰਿਸ਼ਤੇ ਜੱਗ ਤੇ ਸੰਧੂਆ ਹੋਰ ਬਹੁਤੇ, ਪਰ ਸਕੇ ਭਾਈਆਂ ਵਰਗਾ ਕੋਈ ਸਾਕ ਹੈ ਨੀ। ਸਕੇ ਭਾਈਆਂ ਵਰਗਾ ਕੋਈ ਸਾਕ ਹੈ ਨੀ। ਤਾਂ ਲਓ ਹੁਣ ਤੁਹਾਡੀਆਂ ਫਰਮਾਇਸ਼ਾਂ ਦਾ ਦੌਰ ਹੈ, ਔਰ ਉਸੇ ਰੰਗ ਵਿੱਚ ਤੁਹਾਡੀਆਂ ਫਰਮਾਇਸ਼ਾਂ ਲੈ ਕੇ ਹਾਜ਼ਰ ਹੋ ਰਹੇ ਨੇ ਤੁਹਾਡੇ ਆਪਣੇ ਗਾਇਕ ਜਨਾਬ ਲਾਭ ਧੀਰਜ। Hey!
ਮੈਂ ਤੇਰੇ ਤੋਂ ਬਰਾਸਾ ਤੁਹਾਡੇ ਚੈਨਲ ਦੀ ਦੁਆ ਕਰਦਾ ਸੱਚੇ ਪਾਤਸ਼ਾਹ।
ਮਿਲਾਂਗੇ ਕਰਾਂਗੇ ਤੁਸੀਂ ਚਾਰ ਗੱਲਾਂ ਵਾਦਾ ਕਰ ਕੋਈ ਸਮਝੇ
Thank you.
ਅਗਲੀ ਫਰਮਾਇਸ਼ ਜਾਂ ਦੋ ਕੈਪਸੂਲ ਲੈ ਲਈ ਤੁਸੀਂ ਸਾਹਿਬ ਜੀ ਜਿਹੜਾ ਬੋਲੇ ਉਹੀ ਬੋਲਦਾ ਖੁਲ ਧੰਨਵਾਦ ਤੁਸੀਂ ਮੇਰੇ ਸਾਹਮਣੇ ਹੋ ਤੁਸੀਂ ਮੇਰਾ ਸਾਥ ਦੇ ਰਹੇ ਹੋ ਧੰਨਵਾਦ ਹੁਣ ਤੁਹਾਡੀ ਚੱਲਣੀ ਜਲਦੀ ਰਹੋ ਦੋ ਕੈਪਸੂਲ ਲੈ ਲਈ ਤੁਸੀਂ ਸਾਹਿਬ ਜੀ ਆਓ ਜੀ ਹੋ ਜਾਵੇ ਸਤਿ ਸ਼੍ਰੀ ਅਕਾਲ।
ਦੋ ਕੈਪਸੂਲ ਹੈ ਜੀ ਦੁੱਧ ਜਾਣ ਦਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਮਾਨ ਸਤਿਕਾਰ ਯੋਗ ਸੱਜਣਾਂ ਦਾ ਜਿਨ੍ਹਾਂ ਨੇ ਮਾਨ ਸਨਮਾਨ ਭੇਜਿਆ ਸਾਡੇ ਵੀਰ ਪ੍ਰਭਜੋਤ ਵਾਸੀ ਉਹਨਾਂ ਵੱਲੋਂ 500 ਰੁਪਏ ਭੇਜ ਕੇ ਮਾਨ ਕੀਤਾ ਗਿਆ, ਧੰਨਵਾਦ ਕਰਦੇ ਹਾਂ। ਮਨਜੋਤ ਸਿੰਘ ਉਹਨਾਂ ਵੱਲੋਂ ਇਹ ਵਿਆਹ ਵਾਲੇ ਕਾਕਾ ਜੀ ਦੇ ਨਜ਼ਦੀਕੀ ਜਾਣੀ ਕਿ ਜਿਗਰੀ ਯਾਰ ਨੇ, ਜਿਗਰੀ ਦੋਸਤ ਨੇ। ਪ੍ਰਭਜੋਤ ਵਾਸੀ ਮਨਜੋਤ ਹੇਅਰ ਉਹਨਾਂ ਵੱਲੋਂ ਉਸ ਤਰ੍ਹਾਂ ਮਾਨ ਸਤਿਕਾਰ ਭੇਜਿਆ ਗਿਆ, ਧੰਨਵਾਦ ਜੀ। ਸਰਦਾਰ ਪਰਮਜੀਤ ਸਿੰਘ ਦੀ ਗੱਲ ਵਿਆਹ ਵਾਲੇ ਕਾਕਾ ਜੀ ਦੇ ਤਾਇਆ ਜੀ ਉਹਨਾਂ ਕੋਲ ਬਹੁਤ ਸਾਰਾ ਮਾਨ ਭੇਜੇ ਗਏ। ਮਨਜਿੰਦਰ ਸਿੰਘ ਜੀ ਬਹੁਤ ਸਾਰਾ ਮਾਨ ਕਰਦੇ ਨੇ। ਸਰਦਾਰ ਕੇਵਲ ਸਿੰਘ ਜੀ ਗਿੱਲ ਸਾਹਿਬ ਉਹਨਾਂ ਕੋਲ ਬਹੁਤ ਸਾਰਾ ਮਾਨ। ਕਮਲਪ੍ਰੀਤ ਸਿੰਘ ਨਿਊਜ਼ੀਲੈਂਡ ਔਰ ਦਿਲਪ੍ਰੀਤ ਸਿੰਘ ਗਿੱਲ ਸੈਕਟਰੀ ਸਾਹਿਬ ਉਹਨਾਂ ਕੋਲ ਬਹੁਤ ਸਾਰਾ ਮਾਨ ਸਤਿਕਾਰ ਭੇਜਿਆ ਗਿਆ, ਧੰਨਵਾਦ। ਹਰਚੰਦ ਸਿੰਘ ਜੀ ਗਿੱਲ ਇਹ ਕਾਕਾ ਜੀ ਦੇ ਤਾਇਆ ਜੀ ਉਹਨਾਂ ਕੋਲੋਂ ਬਹੁਤ ਸਾਰਾ ਮਾਨ ਸਤਿਕਾਰ ਭੇਜਿਆ ਗਿਆ। ਨਰਦੀਪ ਸਿੰਘ ਕਾਕਾ ਜੀ ਦੇ ਭਰਾ ਉਹਨਾਂ ਕੋਲ ਬਹੁਤ ਸਾਰਾ ਮਾਨ, ਧੰਨਵਾਦੀ ਹਾਂ। ਔਰ ਮੱਖਣ ਪਹਿਲਵਾਨ ਸਾਡੇ ਵੀ ਮੱਖਣ ਪਹਿਲਵਾਨ ਜੀ ਬਹੁਤ ਸਾਰਾ ਮਾਣ ਕਰਦੇ ਨੇ, ਧੰਨਵਾਦ। ਸਤਵਿੰਦਰ ਸਿੰਘ ਸੈਕਟਰੀ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ। ਮਨਕੀਰਤ ਸਿੰਘ ਕੈਨੇਡਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ। ਔਰ ਮਨਰਾਜ ਹੰਸ ਜੀ ਕੈਨੇਡਾ ਤੇ ਵਿਆਹ ਵਾਲੇ ਕਾਕਾ ਜੀ ਦੇ ਦੋਸਤ ਫਰੈਂਡ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਔਰ ਵਿਆਹ ਵਾਲੇ ਕਾਕਾ ਜੀ ਦੇ ਮਾਨਯੋਗ ਜੀ ਜਗਮੀਤ ਸਿੰਘ ਜੀ ਬਰਾੜ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਗੁਰਕੀਰਤ ਸਿੰਘ ਕੈਨੇਡਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ, ਧੰਨਵਾਦ ਜੀ। ਸਰਦਾਰ ਸੁਖਪ੍ਰੀਤ ਸਿੰਘ ਜੀ ਵਿਆਹ ਵਾਲੇ ਕਾਕਾ ਜੀ ਦੇ ਮਾਨਯੋਗ ਮਾਮਾ ਜੀ ਔਰ ਮਨਜੋਤ ਸਿੰਘ ਜੀ ਗਰੇਵਾਲ ਸਾਹਿਬ ਕੈਨੇਡਾ ਇਹ ਵੀ ਵਿਆਹ ਵਾਲੇ ਕਾਕਾ ਜੀ ਦੇ ਮਾਨਯੋਗ ਮਾਮਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ, 1100 ਰੁਪਏ ਜੀ ਦੇ ਮਾਣ ਕਰਕੇ ਜੀ ਧੰਨਵਾਦੀ ਹੈ, ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਤਾਲੀਆਂ ਸ਼ੁਕਰ ਫਰਮਾਇਸ਼ ਸਤਿਕਾਰ ਯੋਗ ਰੰਗ ਰੂਪ ਦੀ ਜਖਣਾ ਪੱਟ ਲੈਂਦੀ ਥਾਂ ਥਾਂ ਭਟਕਦੀ ਫਿਰੇ ਮੁਟਿਆਰ ਨਹੀਂ ਤਖਤਾ ਉਸ ਦਾ ਲੋਕ ਹੀ ਪੱਟਦੇ ਨੇ ਤੇ ਲਹੂ ਲੋਕਾਂ ਦਾ ਜੀ ਦੇ ਪਹਿਲਾਂ ਬਲਮੂ ਨੂੰ ਮਗਰੋਂ ਦੇਣ ਵਾਲਾ ਇੱਕ ਤਖਤਾ ਦੇ ਵਿੱਚ ਅਖਬਾਰ ਜਿਹੜੀ ਸਾਰੀ ਜ਼ਿੰਦਗੀ ਕਦੇ ਨੀ ਸੁਧਰ ਸਕਦੀ ਜੀ ਪਤੀ ਦੇ ਬੋਲੀ ਨਾ ਜਿਹੜੀ ਸੁਣ ਕੇ ਲੱਗਦੀ ਹੈ ਮਿਰਚਾਂ ਦੇ ਬਾਂਗ ਖੋਲੀ ਗੱਲ ਲਿਖਦਾ ਹੈ ਮੱਖਣ ਬਰਾੜ ਜਿਹੜੀ ਗੱਲ ਲਿਖਦਾ ਹੈ ਮੱਖਣ ਬਰਾੜ ਜਿਹੜੀ ਹੁਣ ਇੱਕ ਸੁਣੋ ਹਾਜ਼ਰੀ ਤੁਹਾਡੀ ਨਜ਼ਰ ਮੈਡਮ ਹਰਸ਼ਪ੍ਰੀਤ ਉਸ ਤੋਂ ਬਾਅਦ ਤੁਹਾਡੀਆਂ ਬਾਕੀ ਰਹਿੰਦੀਆਂ ਫਰਮਾਇਸ਼ਾਂ। ਹਾਂਜੀ ਆਓ ਜੀ ਮੈਡਮ ਹਰਸ਼ਪ੍ਰੀਤ ਜੀ ਇੱਕ ਸੋਲੋ ਹਾਜ਼ਰੀ ਤੁਹਾਡੀ ਨਜ਼ਰ ਔਰ ਸਰਦਾਰ ਗੁਰਸੇਵ ਸਿੰਘ ਜੀ ਅੱਗੇ ਆਉਂਦੇ ਜੀ ਉਹਨਾਂ ਵੱਲੋਂ
ਬੋਸਰਾ ਮਾਨ ਸਤਿਕਾਰ ਭੇਜਿਆ ਗਿਆ ਔਰ ਫਰਮਾਇਸ਼ ਵੀ ਲੋਕ ਤੱਕ ਦੀ ਫਰਮਾਇਸ਼ ਹੈ, ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਪੂਰੀ ਹੋਣੀ ਹੈ। ਉਸ ਤੋਂ ਪਹਿਲਾਂ ਮੈਡਮ ਹਰਸ਼ਨ ਪ੍ਰੀਤ, ਹਾਂਜੀ ਕੋਈ ਨਹੀਂ।
ਤੇਰੇ ਦੀ ਦੁੱਖ ਦੁੱਖ ਰਹੇ ਹਾਏ ਮੈਂ ਬੜੀ ਲੱਗਦੀ ਚਾਹੀ। ਹਾਂਜੀ ਠੀਕ ਹੈ, ਇੱਕ ਦੁਕਾਨੇ ਦੀ ਫਰਮਾਇਸ਼ ਹੈ ਜੀ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਈ। ਥੋੜਾ ਡਰਤੇ ਮਾਰ ਵਰਗਾ ਕੱਢੀ ਕੰਡਾ ਵੇਰੀ ਦਾ ਜਿਹੜੇ ਸਰਕਾਰ ਸੱਜਣ ਫਰਮਾਇਸ਼ ਕਰਕੇ ਗਏ ਸੀ। ਇੱਕ ਮੈਂ ਬੇਨਤੀ ਕਰਦਾ, ਜਿਹੜੇ ਗਾਣੇ ਦੀ ਤੁਹਾਡੀ ਫਰਮਾਇਸ਼ ਹੁੰਦੀ ਹੈ ਜਿਹੜੇ ਸੱਜਣ ਲਗਵਾ ਕੇ ਜਾਂਦੇ ਆ ਉਹ ਸਾਹਮਣੇ ਜ਼ਰੂਰ ਆ ਜਾਇਆ ਕਰੋ। ਐਂ ਫਿਰ ਜਦੋਂ ਸਾਹਮਣੇ ਖਾਲੀ ਹੁੰਦਾ ਸਾਰਾ ਤੇ ਫਰਮਾਇਸ਼ ਦੀ ਲੱਗ ਜਾਂਦੀ ਹੈ ਉਹ ਗੱਲ ਨਜ਼ਾਰਾ ਨਹੀਂ ਆਉਂਦਾ। ਸਾਹਮਣੇ ਆ ਜਾ ਕਰੋ ਜਿਹਨਾਂ ਦੀ ਫਰਮਾਇਸ਼ ਹੁੰਦੀ ਹੈ। ਜੋ ਵੀ ਲਓ ਹੁਣ ਉਸ ਰੰਗ ਵਿੱਚ ਤੁਹਾਡੇ ਆਪਣੇ ਗਾਇਕ ਨਾਮ ਦਾਮ ਗਿਰਾ ਜੀ ਸਲਾਮੀ ਦਾ ਜਿਹੜਾ ਉੱਧਰ ਚੱਲ ਰਿਹਾ ਲਗਭਗ ਕੁਰਸੀਆਂ ਜਿਹੜੀਆਂ ਲਗਭਗ ਸਾਰੀਆਂ ਹੀ ਖਾਲੀ ਨੇ। ਬੇਨਤੀ ਕਰੂੰਗਾ ਦੋਸਤਾਂ ਮਿੱਤਰਾਂ ਨੂੰ ਜਿਹਨਾਂ ਦੀ ਫਰਮਾਇਸ਼ ਉਹ ਸਾਹਮਣੇ ਆ ਜਾਣ। ਲਓ ਹਾਂਜੀ ਹਾਂ, ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਆ ਅੱਜ ਕੱਲ੍ਹ, ਮੈਰਿਜਾਂ ਦਾ ਪ੍ਰੋਗਰਾਮ ਚੱਲਦੇ ਰਹਿੰਦੇ ਆ। ਆਹ ਸਾਡਾ ਮੁੰਡਾ ਬੈਠਾ ਇੱਧਰ ਖਲੀ ਹੈ, ਖਲੀ ਹਾਂ ਇਹ ਸਾਡਾ ਖਲੀ ਹੈ ਜੀ। ਕਹਿੰਦਾ ਹੈਗਾ ਤਾਂ ਮੈਂ ਹੀ ਖਲੀ ਪਰ ਥੋੜ੍ਹਾ ਜਿਹਾ ਢਿੱਲਾ ਜਿਹਾ ਰਹਿਣਾ ਕੰਜੂਰ ਹੋਇਆ ਹੋਇਆ ਤਾਂ ਪ੍ਰੋਗਰਾਮ ਲਗਾਤਾਰ ਚੱਲਦੇ ਰਹਿੰਦੇ ਆ। ਕਈ ਵਾਰ ਕੀ ਹੁੰਦਾ ਜਦੋਂ ਸਵੇਰੇ ਜਲਦੀ ਵਿਚਾਰਾ ਆਉਂਦਾ ਸੀਗਾ ਘਰੋਂ ਉਦੋਂ ਵੀ ਨਿਆਣੇ ਸੁੱਤੇ, ਜਦੋਂ ਰਾਤ ਨੂੰ ਟੁਰੇ ਟੁਰੇ ਜਾਇਆ ਕਰੇ ਨਿਆਣੇ ਉਦੋਂ ਵੀ ਸੁੱਤੇ। ਅਸੀਂ ਹੋ ਗਿਆ ਮਹੀਨਾ ਡੇਢ ਮਹੀਨਾ ਏਦਾਂ ਹੀ ਚੱਲਦਿਆਂ ਨੂੰ। ਤੇ ਇੱਕ ਦਿਨ ਥੋੜਾ ਜਿਹਾ ਫ੍ਰੀ ਸੀਗੇ, ਇਹਨੇ ਕੀ ਸੋਚਿਆ ਵੀ ਅੱਜ ਦਿਨ ਤੱਕ ਦਿਨੇ ਜੇ ਘਰੇ ਚੱਲੇ ਆ ਦੁਪਹਿਰੇ ਜੇ ਜਵਾਕਾਂ ਵਾਸਤੇ ਕੁਛ ਲੈ ਗਏ। ਇਹਨੇ ਵਿਚਾਰੇ ਨੇ ਕੇਲੇ ਖਰੀਦ ਲਏ, ਇੱਕ ਦਰਜਨ ਕੇਲਿਆਂ ਦੀ ਲਾਈਨ ਲਿਫਾਫੇ ਚ ਪਾ ਲਈ ਤੇ ਮੈਂ ਵੀ ਇਹਦੇ ਨਾਲ ਹੀ ਸੀਗਾ। ਜਦੋਂ ਇਹਨਾਂ ਦੇ ਦਰਵਾਜੇ ਕੋਲੇ ਗਏ ਨਾ ਇਹਦੇ ਜਵਾਕ ਬਾਹਰ ਹੀ ਖੜੇ ਸੀ ਖੇਡਦੇ ਆਪਦੀ ਮੰਮੀ ਨੂੰ ਕਹੀ ਜਾਣਾ, ਕਿਉਂਕਿ ਜਦੋਂ ਇੱਕ ਸਵੇਰੇ ਆਉਂਦੇ ਸੀ ਉਦੋਂ ਵੀ ਜਵਾਕ ਸੁੱਤੇ, ਜਦੋਂ ਰਾਤ ਨੂੰ ਜਾਂਦੇ ਸੀ ਨਿਆਣੇ ਉਦੋਂ ਵੀ ਸੁੱਤੇ। ਇੰਨੇ ਚ ਉਹਨਾਂ ਨੂੰ ਐਂ ਭੁੱਲ ਭੁੱਲ ਜੇ ਗਿਆ, ਭਲੇਖਾ ਜਿਹਾ ਲੱਗਣ ਲੱਗ ਗਿਆ ਵੀ ਭਾਪਾ ਪਤਾ ਨੀ ਕਿਹੜਾ ਤੇ ਬੇਸਮਝੀ ਜੀ ਗੱਲ ਹੋ ਗਈ। ਇਹਦੇ ਜਵਾਕ ਖੜੇ ਸੀ ਜਦੋਂ ਸਾਹਮਣੇ ਜੇ ਹੋਇਆ ਆਪਦੀ ਮੰਮੀ ਦਾ ਕਮੀਜ਼ ਜਾਂ ਖਿੱਚ ਕੇ ਕਹਿੰਦੇ ਪਾਪਾ ਕੇਲੇ ਲਈ ਆਉਂਦੇ। ਇਹ ਵਾਰੀ ਐਂ ਵੀ ਹੋ ਜਾਂਦਾ, ਇੱਕ ਇੱਧਰ ਸਾਡੇ ਸਰਕਾਰ ਦੇ ਵਕੀਲ ਬੈਠੇ ਪੈਗ ਭੋਗ, ਜਦੋਂ ਵੱਧ ਲੱਗ ਜਾਂਦਾ ਥੋੜਾ ਜਿਹਾ ਤਾਂ ਫਿਰ ਥੋੜੀ ਅੰਗਰੇਜ਼ੀ ਦੂਜੀ ਤੁਹਾਨੂੰ ਪਤਾ ਹੱਦ ਚੱਲਣ ਲੱਗ ਜਾਂਦੀ ਹੈ। ਇਹਨੇ ਲਾ ਰੱਖੇ ਸੀਗੇ ਇੱਕ ਦੋ ਮੋਟੇ ਜਿਹੇ, ਮੈਨੂੰ ਕਹਿੰਦਾ ਮੇਰੀ ਮਾਸੀ ਦੇ ਘਰੇ ਚੱਲ ਰਿਹਾ। ਮੈਂ ਆਪਾਂ ਪਿੰਡ ਚੱਲਦੇ ਹਾਂ ਨਾ ਸਿੱਧੇ, ਹੁਣ ਰਸਤੇ 'ਚ ਜਾਂਦੇ ਆ ਤੇ ਕਾਹਦੇ ਵਾਸਤੇ ਰੁਕਦੇ ਹਾਂ, ਨਹੀਂ ਨਹੀਂ ਕਹਿੰਦਾ ਮਾਸੀ ਨੂੰ ਮਿਲ ਕੇ ਜਾਵਾਂਗੇ। ਇਹਦੀ ਮਾਸੀ ਦੇ ਘਰੇ ਚਲੇ ਗਏ, ਮੱਝ ਮਿਲਦੀ ਨਹੀਂ ਸੀ ਉਹਦੀ ਮਾਸੀ ਗਰਾਂ ਵਿਚਾਰੀ, ਮੱਝ ਦਾ ਟੀਕਾ ਲਈ ਫਿਰਦੀ ਸੀ, ਉਹ ਵੀ ਕਿਸੇ ਨੂੰ ਦੇਖਦੀ ਸੀ ਵੀ ਕੋਈ ਆ ਜਾਏ ਤਾਂ ਟੀਕਾ ਲਾ ਦੇ। ਇਹਨੂੰ ਕਹਿੰਦੀ ਵੀ ਮੁੰਡੇ ਟੀਕਾ ਲਾ ਦੇ, ਮੱਝ ਦੇ ਕਹਿੰਦਾ ਮੈਂ ਲਾ ਦੂੰਗਾ। ਇਹ ਜਾ ਕੇ ਟੀਕਾ ਲਾ ਕੇ ਬੜਿਆ, ਫਿਰ ਮਾਸੀ ਵਾਲੀ ਘਰ ਕੱਢਣ। ਥੋੜੇ ਟਾਈਮ ਬਾਅਦ ਮਾਸੀ ਦੀ ਖਾਲੀ ਬਾਲਟੀ ਲੈ ਕੇ ਮੁੜੀ ਜਾਵੇ, ਮੈਂ ਕਿਹਾ ਮਾਸੀ ਕੀ ਗੱਲ ਐ ਖਾਲੀ ਬਾਲਟੀ ਲੈ ਕੇ ਵਾਪਸ ਆਈ ਜੀ ਧਾਰ ਕੱਢ ਕੇ ਲਈ। ਕਹਿੰਦੀ ਮੇਰੇ ਕੋਲ ਤਾਂ ਮੱਝ ਮਿਲੀ ਗਈ। ਮੈਂ ਕਿਹਾ ਇਹਨੂੰ ਪੁੱਛ ਤਾਂ ਲੈ ਵੀ ਟੀਕਾ ਸਹੀ ਲਾ ਕੇ। ਮਾਸੀ ਇਹਨੂੰ ਕਹਿੰਦੀ ਟੀਕਾ ਸਹੀ ਲਾ, ਕਹਿੰਦਾ ਹਾਂ। ਕਹਿੰਦੀ ਕਿਹੜੀ ਮੱਝ ਦੇ ਲੈ ਸੀ? ਕਹਿੰਦੀ ਜਿਹੜੀ ਉਹ, ਇਹ ਕਹਿੰਦਾ ਉਹ ਤਾਂ ਜਿਹੜੀ ਖੁੰਜੇ 'ਚ ਖੜੀ ਹੈ। ਮਾਸੀ ਨੇ ਮੱਥੇ ਤੇ ਹੱਥ ਮਾਰਿਆ, ਕਿਹਨੂੰ ਭਰ ਦੇਣਾ ਉਹਦਾ ਝੋਟਾ ਸੀ। ਕਈ ਵਾਰੀ ਏਦਾਂ ਵੀ ਗੱਲਾਂ ਹੋ ਜਾਂਦੀਆਂ ਨੇ, ਖਾਧੀ ਪੀਤੀ ਦੇ ਵਿੱਚ ਰਸਤਾ ਕੱਢਣਾ ਜ਼ਰੂਰੀ ਹੈ। ਤੇ ਹੁਣ ਮੈਂ ਬੇਨਤੀ ਕਰਦਾ ਸਾਰੇ ਦੋਸਤਾਂ ਮਿੱਤਰਾਂ ਨੂੰ, ਥੋੜਾ ਜਿਹਾ ਸਮਾਂ ਹੋਰ ਬਾਕੀ ਹੈ ਤੁਹਾਡੇ ਇੰਜੋਏ ਦਾ, ਤੁਹਾਡੀਆਂ ਫਰਮਾਇਸ਼ਾਂ ਦਾ। ਇਹ ਸਾਰਿਆਂ ਨੇ ਸਾਹਮਣੇ ਆ ਜਾਣਾ ਹੁਣ ਤੁਹਾਡੀਆਂ ਫਰਮਾਇਸ਼ਾਂ ਲੈ ਕੇ ਤੁਹਾਡੇ ਸਨਮੁੱਖ ਕਰਨ ਲੱਗੀਆਂ ਤੁਹਾਡੇ ਆਪਣੇ ਲਾਲ ਹੀਰਾ ਜੀ। ਹਾਂ ਇੱਕ ਮੈਂ ਬੇਨਤੀ ਕਰਦਾ ਬੇਟਰ ਹੀਰਾ ਨੂੰ ਸਟੇਜ ਤੇ ਚਾਹ ਕੌਫੀ ਜ਼ਰੂਰ ਭੇਜ ਦਿਓ, ਤੇ ਜੇ ਕੋਈ ਛੋਟੀ ਬੋਤਲ ਪਾਣੀ ਵਾਲੀਆਂ ਹੈਗੀਆਂ ਤਾਂ ਪਾਣੀ ਵੀ ਭੇਜ ਦਿਓ, ਠੀਕ ਹੈ ਜੀ? ਜਿੰਨਾ ਦੀ ਵੀ ਡਿਊਟੀ ਹੈ ਗੌਰ ਕਰ ਲੈਣ, ਪਾਣੀ ਕੌਫੀ ਲਓ। ਉਸ ਰੰਗ ਵਿੱਚ ਤੁਹਾਡੇ ਆਪਣੇ ਗਾਇਕ ਜਨਾਬ ਲਾਭ ਕੀ ਹੈ
ਹੈਲੋ ਜੀ ਲਓ ਜੀ ਤੁਹਾਡੀ ਫਰਮਾਇਸ਼ ਡਰਤੇ ਮਾਰਨਾ ਤੇਰਾ ਕੱਢੀਏ ਕੰਡਾ ਵੈਰੀ ਦਾ ਕਿੱਥੇ ਨੇ ਉਹ ਸੱਜਣ ਇੱਕ ਦੁਬਾਰੇ ਦੀ ਫਰਮਾਇਸ਼ ਹੈ ਮੁੱਛ ਫੁੱਟੀ ਸੀ ਹਾਣੀਆਂ ਤੇਰੇ ਮੈਂ ਸੋਲ ਸੋਲਾ ਸੀ ਪਤਾ ਫਰਮਾਇਸ਼ ਜਿਹਨਾਂ ਦੀ ਹੈ ਦਰਤੇ ਮਾਰ ਲਿਆ ਲੋਕਤੰਤਰ ਹੋਰ ਯਾਰ ਗਾਣਾ ਮੇਰਾ ਐਵੇਂ ਨਾਲ ਜ਼ੋਰ ਲਵਾ ਦਿਓ ਆ ਜਾ ਵੀਰੇ ਮੈਂ ਕਿਉਂਕਿ ਉਹ ਗੱਲ ਜਿਹਨਾਂ ਨੇ ਫਰਮਾਇਸ਼ ਕੀਤੀ ਹੈ ਕੋਈ ਦਿਲੋਂ ਖਾਇਸ਼ ਹੁੰਦੀ ਹੈ ਇਨਸਾਨ ਦੀ
ਸੱਚੇ ਪਾਤਸ਼ਾਹ ਦੀ ਹੈ। ਤੁਹਾਡਾ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ।
ਬਹੁਤ ਮਿਹਰਬਾਨੀ ਹੈ ਤੁਹਾਡੀ। ਲਓ ਮੈਂ ਕਿਸੇ ਨੂੰ ਕੋਈ ਵਕਾਲਤ ਜਾਂ ਕੋਈ ਨਸੀਹਤ ਨਹੀਂ ਦੇ ਰਿਹਾ, ਗਾਣੇ ਦੀ ਤੁਸੀਂ ਫਰਮਾਇਸ਼ ਕੀਤੀ ਹੈ। ਲਓ ਹੁਣ ਆਪਣੀ ਜੋੜੀ ਵੀ ਆ ਗਈ। ਜੋੜੀ ਵਾਲਾ ਹੀ ਗਾਉਣਾ ਪਊਗਾ। ਬੜੀ ਮਿਹਰਬਾਨੀ, ਲੈ ਇੱਕ ਤਾਰੀ ਮਾਰੂੰਗਾ ਜੋੜੀ ਦੇ ਨਾਂ ਤੇ, ਬੜੀ ਮਿਹਰਬਾਨੀ ਹੋਏਗੀ। ਧੰਨਵਾਦ। ਮੈਂ ਜੋੜੀ ਵਾਸਤੇ ਸੁਭਾਗੇ ਬੋਲ ਪੇਸ਼ ਕਰੂੰਗਾ। ਬੋਲੀਆਂ ਵੀ ਨੇ, ਇਹ ਸਿੱਠਣੀਆਂ ਵੀ ਨੇ, ਇਹ ਜੋੜੀ ਨੂੰ ਦੁਆਵਾਂ ਵੀ ਨੇ, ਜੋੜੀ ਨੂੰ ਆਸ਼ੀਰਵਾਦ ਤੌਰ ਤੇ ਵੀ ਵੱਡਿਆਂ ਦੇ ਬੋਲ ਹੁੰਦੇ ਜਿਹੜੇ ਉਹ ਵੀ ਨੇ। ਤੇ ਬੀਬੀਆਂ ਭੈਣਾਂ ਨੂੰ ਬੇਨਤੀ ਕਰੂੰਗਾ ਜੋੜੀ ਦੇ ਨੇੜੇ ਆਓ। ਦਲਵੀਰ ਗਿੱਲ ਔਰ ਦਮਨਪ੍ਰੀਤ ਕੌਰ, ਸਾਡੀ ਸੁਭਾਗੀ ਜੋੜੀ ਸਾਡੇ ਵਿੱਚ ਹੈ, ਮੁਬਾਰਕਾਂ, ਬਹੁਤ ਬਹੁਤ ਮਿਹਰਬਾਨੀ। ਲਓ ਸੁਣ, ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ, ਬਣਾਈਆਂ ਜੋੜੀਆਂ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ।
ਪਰਿਵਾਰ ਦੇ ਬੋਲ ਹੈ। ਸਭ ਢਿੱਡ ਤਪਦੀ ਨੇ ਤੇ
ਪਰਮਜੀਤ ਗਿੱਲ ਕਾਕਾ ਜੀ ਦੇ ਤਾਇਆ ਜੀ ਵੱਡੇ ਪਾਪਾ ਜੀ ਉਹਨਾਂ ਵੱਲੋਂ ਦੁਬਾਰਾ ਫਿਰ ਬਹੁਤ ਸਨਮਾਨ ਆਇਆ ਤੇ ਅਦਲ ਧਰਵਾਦੇ ਹੀ ਆ
ਤੁਸੀਂ ਜੋੜੀ ਲਈ ਸੁਭਾਗੇ ਬੋਲ ਬੜੀ ਮਿਹਰਬਾਨੀ ਕਾਕਾ ਜੀ ਦੇ ਮਾਨਯੋਗ ਮਾਮਾ ਜੀ ਗੁਰਪ੍ਰੀਤ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਵੱਲੋਂ ਬਹੁਤ ਸਨਮਾਨ ਸਤਿਕਾਰ ਭੇਜਿਆ ਗਿਆ ਨਵਜੋਤ ਸਿੰਘ ਗਰੇਵਾਲ ਸਾਹਿਬ ਕੈਨੇਡਾ ਕਾਕਾ ਜੀ ਦੇ ਮਾਮਾ ਜੀ ਉਹਨਾਂ ਵੱਲੋਂ ਬਹੁਤ ਸਨਮਾਨ ਔਰ ਰਮਨਾ ਕੈਨੇਡਾ ਜੀ ਜੋਤੀ ਕੈਨੇਡਾ ਜੀ ਇਹ ਵੀ ਕਾਕਾ ਜੀ ਦੇ ਮਾਮਾ ਜੀ ਉਹਨਾਂ ਵੱਲੋਂ ਬਹੁਤ ਸਨਮਾਨ ਸਤਿਕਾਰ ਭੇਜਿਆ ਗਿਆ ਧੰਨਵਾਦ ਕਰਦੇ ਹਾਂ ਔਰ ਫਰਮਾਇਸ਼ ਤੁਹਾਡੀ ਇੱਕੋ ਬਾਕੀ ਹੈ ਔਰ ਬਹੁਤ ਸਾਰੇ ਹੋਰ ਸਤਿਕਾਰਯੋਗ ਸੱਜਣਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਗਿਆ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਲਓ ਤੁਹਾਡੀ ਬਾਕੀ ਰਹਿੰਦੀ ਫਰਮਾਇਸ਼ ਹਾਂਜੀ ਪਰਮਜੀਤ ਗਿੱਲ ਸਾਹਿਬ ਕਿਵੇਂ ਹੋ ਠੀਕ ਹੋ ਬੜੀ ਮਿਹਰਬਾਨੀ ਜਾਂਦੇ ਹੋ ਆਪਣੇ ਨੌਜਵਾਨਾਂ ਦੀ ਫਰਮਾਇਸ਼ ਹੈ ਗੋਲੀ ਗੋਲੀ ਗਾਣਾ ਸੁਣੋ ਵੀ ਆ ਹੁਣੇ ਕਰਕੇ ਗਏ ਲਓ ਵੀ ਮਿੱਤਰੋ ਜਸਟ ਸਾਡੇ ਯਾਰ ਨੇ ਸਾਡੇ ਬੇਲੀ ਨੇ ਸਾਡੇ ਭਰਾ ਨੇ ਆ ਜਾ ਤੇ ਆ ਖੁਦ ਨੂੰ ਜੀਆ
ਮੇਰਾ ਵੀਰ ਵੀ ਆ ਕੇ ਲਿਆਇਆ ਤੇ ਭਾਬੋ ਮੇਰੀ ਫੁੱਲ ਵਰ ਗਈ ਬਾਬੋ ਮੁਬਾਰਕ ਵੱਜਾ ਮੇਰਾ ਦੁੱਖ ਦੁਖੀਆ ਬਾਬਾ ਕਰਾਂਗੇ ਸਭ ਹੁੰਦੀ ਉਸ ਬੰਦੇ ਦੇ ਜੋ ਅੱਖ ਨੀਵੀਂ
ਮਿੱਤਰੋ ਸੱਜਣੋ ਪਿਆਰਿਓ ਭੈਣੋ ਭਰਾਵੋ ਸਵਾ ਜੇ ਮੈਂ ਸਿੱਧੀ ਪੰਜਾਬੀ ਚ ਕਹਾਂ ਮੁੱਲ ਦਾ ਤਾਂ ਕਦੋਂ ਦਾ ਪੂਰਾ ਹੋ ਗਿਆ ਸੀ ਆਹ ਤੁਹਾਡਾ ਪਿਆਰ ਚੱਲਿਆ ਸ਼ਰੇਆਮ ਚੱਲਿਆ ਸ਼ਰੇਆਮ ਚਲਾਇਆ ਕਿਉਂਕਿ ਸਾਰੇ ਸੱਜਣ ਸਤਿਕਾਰਯੋਗ ਆਦਰਯੋਗ ਤੇ ਸਨਮਾਨਯੋਗ ਬੜਾ ਤੁਸੀਂ ਪਿਆਰ ਦਿੱਤਾ ਬੜਾ ਆਸ਼ੀਰਵਾਦ ਦਿੱਤਾ ਨੌਜਵਾਨਾਂ ਤੋਂ ਲੈ ਕੇ ਸਿਆਣੇ ਸੱਜਣਾਂ ਤੱਕ ਬਾਈ ਜਗਮੀਤ ਬਰਾੜ ਜੀ ਵਿਆਹ ਵਾਲੇ ਕਾਕਾ ਜੀ ਦੇ ਜੀਜਾ ਜੀ ਬੜੇ ਅੱਛੇ ਬੜੇ ਪਿਆਰੇ ਡਿਊਟੀ ਸੁਣਨਾ ਮੈਂ ਦੋ ਬੋਲ ਕਹਿ ਦੇਣਾ ਜੇ ਹਾਂਜੀ ਹਾਂਜੀ ਦੱਸ ਆ ਜੋ ਸੰਗੋ ਨਾ ਸੰਗੋ ਨਾ ਮੈਂ ਤੁਹਾਡੇ ਨਾਲ ਹੀ ਜਿਉਣਾ ਜਿਉਂਦੇ ਰਹੋ ਤਿੱਤਰ ਫੰਗੀਆਂ ਲੱਗ ਗਿਆ ਸੀ ਦੁਬਾਰਾ ਸੁਣਨਾ ਲੈ ਲਓ ਆ ਜਾਓ ਕੁਝ ਬੋਲ ਆ ਜਾਓ ਹਾਂ ਆਹ ਗਾਣੇ ਤੋਂ ਬਾਅਦ ਤੁਹਾਡੇ ਤੋਂ ਆਗਿਆ ਲਵਾਂਗੇ ਬੜੀ ਮਿਹਰਬਾਨੀ ਕੋਈ ਵੀ ਸੱਜਣ ਕੁਝ ਸੱਜਣ ਪਰਮਜੀਤ ਜੀ ਵੱਡੇ ਪਾਪਾ ਜੀ ਤਾਇਆ ਜੀ ਕੁਝ ਸੱਜਣ ਕਹਿੰਦੇ ਗਿਲਾ ਜਿਹਾ ਕਰਦੇ ਸੀ ਮੈਂ ਫਿਰ ਵੀ ਸਾਰੇ ਗਰੁੱਪ ਵੱਲੋਂ ਤਾਂ ਮੈਂ ਆਪਣੇ ਵੱਲੋਂ ਮਾਫੀ ਮੰਗਦਾ ਕਈ ਵਾਰੀ ਉਰਾ ਪਰਾ ਹੋ ਜਾਂਦੇ ਆ ਸੱਜਣਾਂ ਦੇ ਫਰਮਾਇਸ਼ਾਂ ਕਰਕੇ ਅਸੀਂ ਬੋਲਦੇ ਵੀ ਹੁੰਦੇ ਹਾਂ ਚਾਹੁੰਦਾ ਉਹਨਾਂ ਸੱਜਣਾਂ ਤੋਂ ਧੰਨਵਾਦ ਵਧਾਈ ਨਾਲ ਦੀ ਨਾਲ ਵਿਆਹ ਦੀ ਦਿੰਦਾ ਉਹਨਾਂ ਸੱਜਣਾਂ ਨੂੰ
ਬਹੁਤ ਮਿਹਰਬਾਨ, ਬਹੁਤ ਬਹੁਤ ਵਧਾਈ ਹੋਈ, ਕਿਸੇ ਗਲਤੀ ਗੁਸਤਾਖੀ ਲਈ ਮਾਫ਼ੀ। ਜਗਮੀਤ ਬਰਾੜ ਜੀ, ਮੈਂ ਸਾਰੇ ਪਰਿਵਾਰ ਦਾ, ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੁੱਖੀ ਬਾੜੇ ਵਾਲਾ ਜੀ ਕਿੱਥੇ ਨੇ? ਆਹ ਬੱਲੇ ਬੱਲੇ ਬੱਲੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਮਾਣ ਆਇਆ, ਪਰ ਸਵਾਦ ਆ ਗਿਆ ਕਿਉਂਕਿ ਐਂਡ ਜੇ ਤੇ ਆਏ ਆ। ਮੁੰਡੇ ਦੇ ਵੀ ਦੋਸਤ ਹੈ ਤੇ ਮੁੰਡੇ ਦੇ ਬਾਪੂ ਦੇ ਵੀ ਦੋਸਤ, ਵਾਹ ਬਾਈ ਵਾਹ, ਫਿਰ ਤਾਂ 500 ਦਾ ਹੋਰ ਚਾਹੀਦਾ ਸੀ। ਮੁੰਡੇ ਦਾ ਵੀ ਭਾਈ ਹੈ, ਪਿਓ ਦਾ ਵੀ ਭਾਈ, ਸਾਡੇ ਸੁੱਖੀ ਬਾਣੀ ਵਾਲਾ ਸਾਹਿਬ ਘੱਟ ਸੱਜਣ ਹੁੰਦੇ ਆ ਕਿਉਂਕਿ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਮੇਰੇ। ਤੁਹਾਨੂੰ ਬਰਕਤ ਬਖਸ਼ੇ ਸੱਚੇ ਪਾਤਸ਼ਾਹ। ਮੈਂ ਸਰਦਾਰ ਹਰਜਿੰਦਰ ਸਿੰਘ ਜੀ ਗਿੱਲ ਸਾਹਿਬ, ਜਾਂ ਮੇਰੇ ਕਾਕਾ ਜੀ ਦੇ ਖਾਲਸਾ ਹਰਮਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਬਰਾੜ ਸਾਹਿਬ ਦਾ ਦੁਆਰਾ ਫਿਰ ਧੰਨਵਾਦ ਕਰਦੇ ਹਾਂ। ਵਾਲੀ ਕਾਕਾ ਦਲਵੀਰ ਜੀ, ਬਹੁਤ ਬਹੁਤ ਮੁਬਾਰਕਬਾਦ ਸੋਹਣਿਆ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਇੱਕ ਦੁਆ ਦੇ ਕੇ ਨਿਕਲਦੇ ਹੁੰਦੇ ਅਸੀਂ, ਲੋਹੜੀ ਤੇ ਮਿਲਾਂਗੇ ਭਾਈ। ਬਸ ਹੁਣ ਨਾ ਕਿਉਂਕਿ ਤੁਹਾਡੇ ਤੋਂ ਆਗਿਆ ਲਈ ਸੀ ਪਹਿਲਾਂ, ਉਹ ਬਾਰੇ ਵਾਲੀ ਸਾਹਿਬ ਮੰਨ ਲਓ ਤੁਸੀਂ ਪਲੀਜ਼, ਇਹ ਤਾਂ ਗਾਣੇ ਬਹੁਤ ਯਾਦ ਆਉਣਗੇ। ਮੈਂ ਧੰਨਵਾਦ, ਫੈਨ ਤੋਂ ਬਿਨਾਂ ਫਰਮਾਇਸ਼ ਨਹੀਂ ਹੁੰਦੀ, ਫੈਨ ਤੋਂ ਬਿਨਾਂ ਫਰਮਾਇਸ਼ ਨਹੀਂ ਹੁੰਦੀ। ਗਾਣੇ ਤਾਂ ਮਹਿਬੂਬਾ ਵਾਂਗੂ ਯਾਦ ਆ ਹੀ ਜਾਣਗੇ ਤੁਹਾਡੇ। ਹਾਂ, ਮੈਂ ਦੋ ਚਾਰ ਗੱਲਾਂ ਕਰਦੇ ਹਾਂ। ਮੈਂ ਬਹੁਤ ਪਰਿਵਾਰ ਤੇ ਆ ਕੇ ਨਾ ਮਹਿਸੂਸ ਕੀਤਾ ਜੀ ਬਰਾੜ ਸਾਹਿਬ, ਵੈਸੇ ਰੋਜ਼ ਦੀ ਮੈਂ ਗੱਲ ਨਹੀਂ ਕਰਦਾ ਵੀ ਰੋਜ਼ ਹੀ ਅਸੀਂ ਪਰਿਵਾਰਾਂ ਨੂੰ ਇਹ ਕਹਿ ਕੇ ਨਿਕਲਦੇ ਹਾਂ, ਕਿਤੇ ਕਿਤੇ ਮਾਣ ਮਿਲਦਾ ਹੁੰਦਾ। ਨਹੀਂ ਮੁੱਲ ਦਾ ਤਾਂ ਰੋਜ਼ ਹੀ ਗਾਈ ਜਾਂਦੇ, ਰੋਜ਼ਾਨਾ ਹੀ ਗਾਉਂਦੇ ਹਾਂ, ਮਾਫ ਕਰਨਾ। ਕਿਤੇ ਦੁਨਿਆਵੀ ਸਾਡੇ ਸੱਜਣਾਂ ਲਈ, ਆਹ ਪੁੱਛ ਲਓ ਬਰਾੜ ਸਾਹਿਬ ਸਾਹਮਣੇ ਖੜੇ ਆ, ਕਿੰਨੀ ਰਿਆਇਤ ਕੀਤੀ ਹੋਈ ਇਹਨਾਂ ਨੇ। ਨਾਲੇ ਮੈਨੂੰ ਇਹ ਪਤਾ ਸੀ ਵੀ ਬੰਦਾ ਵਿਆਹ ਵਾਲੇ ਮੁੰਡੇ ਦਾ ਜੀਜਾ ਤੇ ਜਿੰਨਾ ਮਰਜ਼ੀ ਵੱਢ ਲੈਂਦੇ, ਪਰ ਨਹੀਂ, ਇਹ ਸਾਡੀ ਲਾਈਨ ਦੇ ਬੰਦੇ ਨਿਕਲ ਆਏ। ਬਰਾੜ ਸਾਹਿਬ ਬੜੇ ਆਦਰਯੋਗ ਨੇ, ਤੁਹਾਨੂੰ ਵੀ ਪਤਾ, ਤੁਹਾਡੇ ਪਰਿਵਾਰ ਦੇ ਸਰਤਾਜ ਨੇ ਬਰਾੜ ਸਾਹਿਬ। ਬਹੁਤ ਅੱਛਾ ਲੱਗਿਆ ਬਰਾੜ ਸਾਹਿਬ, ਮੈਂ ਤੇ ਦਿਨੋਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ, ਬਹੁਤ ਪਿਆਰ, ਬਹੁਤ ਬਹੁਤ ਮੁਬਾਰਕਬਾਦ। ਸਾਡੀਆਂ ਭੈਣਾਂ ਬੀਬੀਆਂ ਸਾਹਮਣੇ ਖੜੀਆਂ, ਭੈਣ ਹੈ ਸਾਡੀ ਛੋਟੀ ਵਿਆਹ ਵਾਲੀ ਲੜਕੀ, ਬਹੁਤ ਬਹੁਤ ਪਿਆਰ ਛੋਟੇ, ਬਹੁਤ ਬਹੁਤ ਪਿਆਰ ਪੁੱਤਰਾ। ਹਾਂ, ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਮੈਂ ਦੁਆ ਦੇ ਕੇ ਚੱਲਿਆ, ਲੋਹੜੀ ਤੇ ਮਿਲਾਂਗੇ ਬਸ। ਹਾਂ, ਇਹ ਮਨਜ਼ੂਰ ਕਰੇ ਮੇਰਾ ਦਾਤਾ ਸੱਚੇ ਪਾਤਸ਼ਾਹ। ਹਾਂ, ਇਸ ਦੁਆ ਨਾਲ ਮੈਂ ਤੁਹਾਡੇ ਤੋਂ ਅੱਗੇ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ।